एक सरप्राइज देना छोटा जा। सरप्राइज छोटा जा, सरप्राइज तो छोटा जा ही होवे, भावें सरप्राइज ही हुंदा, खुशी होनी चाहिए कि कोई सरप्राइज दे रहा सानू। अच्छा जी, वो कहो जनाब सरप्राइज आ गया। सरप्राइज वो केड़े साडे कोल चाने वाले आ गए जिहड़े ने कल ਉਹ ਸਰਪ੍ਰਾਈਜ਼ ਤੁਹਾਨੂੰ ਪਤਾ ਚੱਲੇਗਾ ਜਦੋਂ ਥੋੜ੍ਹੀ ਦੇਰ ਦਾ ਤੁਹਾਡੀ ਅੱਖਾਂ ਅਸੀਂ ਬੰਦ ਕਰਾਂਗੇ, ਫਿਰ ਤੁਸੀਂ ਆਪਣੀਆਂ ਅੱਖਾਂ ਖੋਲੋਗੇ ਤੁਹਾਡੇ ਸਾਹਮਣੇ ਆਏਗਾ। ਇਹ ਵੀ ਕੰਮ ਆ ਗਿਆ ਅੱਖਾਂ ਬੰਦ ਕਰਨ ਵਾਲਾ, ਇਹ ਨਵਾਂ ਕੰਮ ਸਿਸਟਮ ਸ਼ੁਰੂ ਕੀਤਾ ਅੱਖਾਂ ਬੰਦ ਕਰਨ ਵਾਲਾ। ਇਨਸ਼ਾ ਅੱਲਾ ਜੀ ਜ਼ਰੂਰ ਤਿਆਰ ਹਾਂ, ਬਿਲਕੁਲ। ਲੋਕੀ ਇਹ ਨਾ ਸਮਝਣ ਮੇਰੀ ਅੱਖ ਦਾ ਪ੍ਰੈਸ਼ਰ ਹੋ ਗਿਆ, ਮੋਤੀ ਆ ਗਿਆ ਸੀ ਜੀ। ਜੋਈ ਸਾਹਿਬ, ਹਾਂਜੀ ਰਾਵ, ਕੀ ਸਰਪ੍ਰਾਈਜ਼ ਹੋਣਾ ਤੁਹਾਡੇ ਨਾਲ? ਦੁੱਖ ਖੁਸ਼ਬੂ ਆ ਰਹੀ ਹੈ, ਚੋਕਲੇਟ ਟੈਪ ਜੀ, ਇਸ ਤਰ੍ਹਾਂ ਦੀ ਖੁਸ਼ਬੂ ਬੜੀ ਪਿਆਰੀ ਆ ਰਹੀ ਹੈ। ਖਾਣੇ ਕੁਛ ਨਹੀਂ ਪੂਰੀ ਖੋਲ ਰਹੀ ਜੀ, ਮਿਹਰਬਾਨੀ ਜਨਾਬ, ਸ਼ੁਕਰੀਆ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਵਾਹ ਕਿਆ ਬਾਤ ਹੈ। ਕਹਿੰਦੇ ਜੀ ਸਾਡੇ ਵਾਸਤੇ ਗਿਫਟ ਕਰ ਦਿੱਤਾ ਜੀ। ਵਾਹ, ट्रैवल पीपल ट्रे, सालगिरह मुबारक हो, वेरी गुड सरप्राइज। माशाल्लाह, देखो जी मैं तुहानू गलत नहीं कहा, मैंने खुशबू आ रही चॉकलेट की, जिवें मेरे अगे कोई चीज़ खाने वाली आ गई है, तो खुशबू तो मैं पहचान लिया। वाह सर, तुहाडे चैनल नू साल हो गया। माशाल्लाह, ਬਹੁਤ ਅੱਛਾ ਹੋਇਆ ਜੀ, ਮਾਸ਼ਾ ਅੱਲਾ ਜੀ, ਬਹੁਤ ਅੱਛੀ ਗੱਲ ਹੈ ਜੀ, ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਅੱਲਾਹ ਤਾਲਾ ਨੇ ਖੈ ਖੈ ਨਾਲ ਸਾਲ ਗੁਜ਼ਾਰੇ, ਤਾਂ ਜੀ ਅੱਜ ਸਿਆਸੀ ਚੱਲਦਾ ਰਹੇ, ਸਫ਼ਰ ਤਿਆਰ ਚੱਲਦਾ ਰਹੇ, ਸਫ਼ਰ ਹੁੰਦਾ ਰਹੇ। ਇਹਦਾ ਮਤਲਬ ਜੀ ਸਾਲ ਗੁਜ਼ਰਨ ਲੱਗਿਆ ਪਤਾ ਹੀ ਨਹੀਂ ਲੱਗਾ, ਵੇਖ ਲਓ ਕਹਿੰਜ ਗੁਜ਼ਰਿਆ ਅਤੇ ਸਾਲ ਹੋ ਗਿਆ ਇਸ ਗੱਲ ਨੂੰ। ਬਹੁਤ ਖੁਸ਼ੀ ਹੋਈ, ਉਹ ਤੁਹਾਨੂੰ ਵੀ ਮੁਬਾਰਕ ਹੋਵੇ, ਤੁਸੀਂ ਇੰਨਾ ਚੈਨਲ ਬਣਾਇਆ, ਅਸੀਂ ਤਾਂ ਰਿਕਾਰਡਿੰਗ ਕਰਕੇ ਚਲੇ ਜਾਂਦੇ ਹਾਂ, ਮੁਸੀਬਤ ਤਾਂ ਤੁਹਾਨੂੰ ਪੈਂਦੀ ਹੈ, ਕਟਿੰਗ ਦੀ, ਐਡੀਟਿੰਗ ਦੀ, ਫਿਰ ਉਹਨਾਂ ਦੇ ਅਲਫਾਜ਼ ਨੂੰ ਸਾਡੀ ਡਬਿੰਗ ਕਰਨ ਦੀ, ਇੰਗਲਿਸ਼ 'ਚ ਤੁਸੀਂ ਡਬਿੰਗ ਕਰਦੇ ਹੋ, ਅਸੀਂ ਪੰਜਾਬੀ 'ਚ ਬੋਲਦੇ ਹਾਂ, ਵਕਤ ਤਾਂ ਤੁਹਾਨੂੰ ਪੈ ਜਾਂਦਾ, ਤੁਸੀਂ ਉਹ ਡਾਕਟਰ, ਅਸੀਂ ਕੀ ਮਰੀਜ਼, ਅਸੀਂ ਤੁਹਾਨੂੰ ਮਰਜ਼ ਦੱਸ ਕੇ ਚਲੇ ਜਾਂਦੇ ਹਾਂ, ਤੁਸੀਂ ਅੱਗੋਂ ਦਵਾਈਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਕਿ ਯਾਰ ਇਹ ਦਵਾਈ ਹੈ, ਇੰਜ ਖਾਣੀ ਹੈ, ਇੰਜ ਕਰਨੀ, ਇੰਜ ਖਾਣੀ। ਸਾਲ ਦਾ ਤਾਂ ਪੱਕੇ ਨਹੀਂ ਲੱਗਿਆ, ਮੈਨੂੰ ਤਾਂ ਇੰਝ ਲੱਗ ਰਿਹਾ ਮੈਂ 4-5 ਮਹੀਨੇ ਲੰਘੇ ਨੇ ਸਾਨੂੰ ਹਲੇ। ਅੱਖ ਬੰਦ ਕਰੋ, ਸਾਲ ਲੰਘ ਜਾਂਦਾ, ਵਕਤ ਇੰਝ ਹੀ ਗੁਜ਼ਰ ਜਾਂਦਾ, ਵਕਤ ਦੇ ਨਾਲ ਇਨਸਾਨ ਵੀ ਚਲੇ ਜਾਂਦੇ ਨੇ, ਲੇਕਿਨ ਇਨਸਾਨ ਦੀਆਂ ਯਾਦਾਂ ਰਹਿੰਦੀਆਂ ਵਾਪਸ। ਬੜੀ ਖੁਸ਼ੀ ਹੋਈ, ਬਹੁਤ ਸਾਰੀ ਮੁਬਾਰਕ ਹੋਵੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ, ਕਿ ਸਾਲ ਇੱਕ ਅਸੀਂ ਮਿਹਨਤ ਕੀਤੀ ਅਤੇ ਅੱਲਾਹ ਤਾਲਾ ਨੇ ਸਾਲ ਨੂੰ ਵੀ ਪਤਾ ਲੱਗਣ ਦਿੱਤਾ ਸਾਨੂੰ, ਇਸ ਚੈਨਲ ਨੂੰ ਵੀ ਖੁਸ਼ ਆਵਾਜ਼ ਰੱਖੀ ਅੱਲਾਹ ਤਾਲਾ ਅਤੇ ਸਾਨੂੰ ਵੀ, ਚੈਨਲ ਸਾਡੇ ਨਾਲ ਅਤੇ ਅਸੀਂ ਚੈਨਲ ਦੇ ਨਾਲ, ਅਤੇ ਸਾਨੂੰ ਬੜੀ ਦਿਲੀ ਖੁਸ਼ੀ ਹੋਈ ਕਿ ਸਾਡੇ ਚੈਨਲ ਨੂੰ ਸਾਲ ਹੋ ਗਿਆ। ਇੱਕ ਸਾਲ ਦਾ ਬੱਚਾ ਕੇਕ ਖਾਂਦਾ ਨਾ, ਬਿਲਕੁਲ ਉਹਦੇ ਕੇਕ ਖਾਣਾ, ਓਏ ਹੋਏ ਹੋਏ, ਇੱਕ ਸਾਲ ਦਾ ਬੱਚਾ, ਉਹ ਇੱਕ ਸਾਲ ਦਾ ਬੱਚਾ ਜਿਸ ਤਰ੍ਹਾਂ ਖਾਂਦਾ ਉਸ ਤਰ੍ਹਾਂ ਕੀ ਖਾਣਾ ਮੈਂ, ਉਹਦੇ ਫਿਰ ਬੱਚਾ ਹੁਣ ਦੇਖਣਾ ਨਾ ਕਿਸ ਤਰ੍ਹਾਂ ਖਾਂਦਾ। ਲਓ ਜੀ, ਇੱਕ ਸਾਲ ਦੇ ਬੱਚੇ ਦਾ ਵੈਸੇ ਨਹੀਂ ਪਤਾ ਹੁੰਦਾ, ਮਾਸੂਮ ਹੁੰਦਾ, ਉਹ ਜੋ ਜੋ ਕਰਦਾ ਉਹਨੂੰ ਨਹੀਂ ਯਾਦ ਹੁੰਦਾ ਕਿ ਮੈਂ ਕੀ ਕਰਦਾ ਰਿਹਾ, ਕਿਉਂਕਿ ਇੱਕ ਸਾਲ ਹੁੰਦਾ, ਅੱਡੀ ਉਮਰ ਹੁੰਦੀ, ਉਹਦੇ 'ਚ ਜਿਹੜਾ ਬੱਚਾ ਹਰਕਤਾਂ ਕਰਦਾ, ਯਾਨੀ ਕਿ ਮੇਰੇ ਵੀ ਬੱਚੇ ਹੋਏ ਨੇ ਸਾਲ ਸਾਲ ਦੇ, ਮੈਨੂੰ ਪਤਾ ਕੀ ਕੀ ਕਰਦੇ ਰਹੇ ਨੇ, ਉਂਝ ਮੈਨੂੰ ਕਰਨਾ ਪਏਗਾ। ਓਏ ਹੋਏ ਹੋਏ, ਬਿਸਮਿਲ੍ਲਾ ਰਹਿਮਾਨ ਰਹਿਮ, ਵਾਹ ਜੀ ਵਾਹ, ਬੜਾ ਮਜ਼ੇਦਾਰ ਹੈ ਜੀ ਇਹ, ਤੇ ਕਿਆ ਬਾਤ ਹੈ, ਬੜਾ ਮਜ਼ਾ ਆ ਰਿਹਾ ਜੀ,
ਸਾਡੇ ਚੈਨਲ ਨੂੰ ਸਾਲ ਹੋ ਗਿਆ, ਪਤਾ ਹੀ ਨਹੀਂ ਲੱਗਾ ਵੇਖ ਲਓ ਅਸੀਂ ਕਿੱਡੀ ਖੁਸ਼ੀ ਹੈ ਕਿ ਹਰ ਚੀਜ਼ ਸਾਡੀ ਲਿਬੜ ਗਈ, ਅਸੀਂ ਖਾ ਰਹੇ। ਹੈਪੀ ਬਰਥਡੇ ਟੂ ਯੂ ਪੀਪਲ ਪੀਪਲ ਟ੍ਰਾਈ। ਐਸਾ ਖਾਂਦਾ ਇੱਕ ਸਾਲ ਦਾ ਬੱਚਾ? ਹੈਪੀ ਬਰਥਡੇ ਟ੍ਰੈਵਲ ਪੀਪਲ ਟ੍ਰੈ ਨਮ 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 ਨਮ। ਇਸ ਸਾਲ ਦੀ ਖੁਸ਼ੀ ਖਿਲਦੀ ਆ ਰਹੀ ਹੈ। ਵਾਹ, ਬਚਪਨ ਯਾਦ ਆ ਗਿਆ ਜੀ ਸਾਨੂੰ। ਵਾਹ ਜੀ ਵਾਹ, ਬੜਾ ਮਜ਼ਾ ਆ ਰਿਹਾ ਜੀ। ਮੈਂ ਜਦੋਂ ਤੱਕ ਜ਼ਿੰਦਾ ਵਾਂ ਮੈਂ ਹਰ ਸਾਲ ਟ੍ਰੈਵਲ ਪੀਪਲ ਟ੍ਰਾਈ ਦੀ ਬਰਥਡੇ ਦੇ ਵਿੱਚ ਇੱਕ ਕੇਕ ਖਾਂਦਾ ਰਹਾਂ ਔਰ ਸਾਡੇ ਸਕ੍ਰੈਬਰ ਖੁਸ਼ ਹੁੰਦੇ ਰਹਿਣ ਔਰ ਸਾਡੇ ਲਾਲ ਬਟਨ ਨੂੰ ਦਬਾਉਂਦੇ ਰਹਿਣ ਔਰ ਸਾਡੇ ਸਕ੍ਰੈਬਰ ਜ਼ਿਆਦਾ ਤੋਂ ਜ਼ਿਆਦਾ ਹੋਣ। ਅਤੇ ਸਾਲਗਿਰਾ ਦਾ ਕੇਕ ਬਹੁਤ ਹੀ ਮਜ਼ੇਦਾਰ ਹੈ, ਇਹਦਾ ਕੀ ਮਜ਼ਾ ਆ ਰਿਹਾ ਖਾਣ ਦਾ, ਮੈਨੂੰ ਆਪਣਾ ਬਚਪਨ ਯਾਦ ਆ ਰਿਹਾ ਜਿਵੇਂ ਹਰਕਤਾਂ ਕਰ ਰਿਹਾ। ਮੈਂ ਤਾਂ ਛੋਟਾ ਬੱਚਾ ਵਾਂ, ਅਗਰ ਤੁਸੀਂ ਖਾਣਾ ਤਾਂ ਤੁਹਾਨੂੰ ਖਵਾ ਸਕਦੇ ਹਾਂ, ਲੇਕਿਨ ਅੱਗੇ ਕੈਮਰਾ ਆ ਗਿਆ ਤੁਹਾਡੇ, ਮੈਂ ਖਾ ਗਿਆ। ਸਹੀ, ਵੈਸੇ ਸਾਡੇ ਸਕ੍ਰੈਬਰਾਂ ਨੂੰ ਵੀ ਸਾਲ ਮੁਬਾਰਕ ਹੋਏ, ਉਹ ਵੀ ਸਾਲ ਸਾਨੂੰ ਵੇ, ਅਸੀਂ ਵੀ ਸਾਲ ਨਾਲ ਵੇ ਦੇਖਿਆ ਸੀ, ਖੁਸ਼ੀ ਨਾਲ ਅਸੀਂ ਕੇਕ ਖਾਇਆ, ਬੜਾ ਖੁਸ਼ ਹੋ ਕੇ ਉਹ ਇੰਜੋਇਮੈਂਟ ਕਰਕੇ ਖੋਈ ਇਹ ਵੀ ਸਾਲ, ਫਿਰ ਅੱਲਾਹ ਤਾਲਾ ਜ਼ਿੰਦਗੀ ਰਹੀ ਤੱਕਦਾ, ਨਵਾਂ ਸਾਲ ਚੜ੍ਹੇਗਾ ਤਾਂ ਫਿਰ ਵੇਖਾਂਗੇ। ਅੱਜ ਪਤਾ ਲੱਗਾ ਜੀ ਸਾਲਗਿਰਾ ਹੋ ਗਈ ਹੈ ਚੈਨਲ ਦੀ, ਅਤੇ ਬਹੁਤ ਅੱਛਾ ਲੱਗਿਆ ਜੀ, ਸਾਨੂੰ ਬਹੁਤ ਮਜ਼ਾ ਆਇਆ। ਮੈਂ ਉਸ ਤਰ੍ਹਾਂ ਕੇਕ ਖਾ ਕੇ ਦਿਖਾਇਆ ਕਿ ਜਿਸ ਤਰ੍ਹਾਂ ਅਸੀਂ ਬਚਪਨ 'ਚ ਖਾਂਦੇ ਰਹੇ, ਮੂੰਹ ਵੀ ਲਬੇੜ ਲੈਣਾ, ਘਰ ਵਾਲਿਆਂ ਨੇ ਸਾਨੂੰ ਕਹਿਣਾ ਕਿ ਇਹ ਕੀ ਕਰ ਰਹੇ ਹੋ, ਅਸੀਂ ਕਹਿਣਾ ਜੀ ਹੁਣ ਅਸੀਂ ਕੀ ਕਰ ਸਕਦੇ ਹਾਂ, ਹੁਣ ਸਾਡੇ ਸਾਹਮਣੇ ਚੀਜ਼ ਹੀ ਐਸੀ ਆਈ ਜੀ। ਵਨ ਈਅਰ ਹੈਪੀ ਬਰਥਡੇ ਟੂ ਯੂ। ਬਹੁਤ ਅੱਛਾ ਜੀ, ਬਹੁਤ ਅੱਛਾ ਕੇਕ ਹੈਗਾ, ਅਤੇ ਸਾਡੀ ਸਾਲ ਦੀ ਖੁਸ਼ੀ ਦਾ ਕੇਕ ਹੈ, ਚੈਨਲ ਦੀ ਖੁਸ਼ੀ ਦਾ ਕੇਕ ਹੈਗਾ। ਅੱਜ ਜਿਹੜਾ ਚੈਨਲ ਸਾਡਾ ਇਸ ਮੁਕਾਮ 'ਤੇ ਪਹੁੰਚਿਆ ਸਿਰਫ ਤੁਹਾਡੀ ਵਜ੍ਹਾ ਨਾਲ ਪਹੁੰਚਿਆ, ਕਿਉਂਕਿ ਤੁਸੀਂ ਸਾਨੂੰ ਦੇਖਦੇ ਰਹੇ ਹੋ, ਅਸੀਂ ਫਿਲਮਾਂ ਬਣਾਉਂਦੇ ਰਹੇ ਹਾਂ, ਅਤੇ ਇਨਸ਼ਾਅੱਲਾ ਤੁਸੀਂ ਸਾਨੂੰ ਅੱਗੇ ਦੇਖਦੇ ਰਹਿਣਾ, ਜਦੋਂ ਅੱਗੇ 2 ਸਾਲ ਹੋਣਗੇ ਤਾਂ ਇਨਸ਼ਾਅੱਲਾ ਮੈਂ ਤੁਹਾਨੂੰ 2 ਸਾਲ ਦਾ ਬੱਚਾ ਵੀ ਬਣ ਕੇ ਦਿਖਾਵਾਂਗਾ, ਜ਼ਰੂਰ ਤੁਹਾਨੂੰ ਮਜ਼ਾ ਆਏਗਾ।